ਫੇਸਬੁੱਕ, ਯੂਟਿਊਬ ਅਤੇ ਬਾਕੀ ਦੇ ਸਾਰੇ ਸੋਸ਼ਲ ਮੀਡੀਆ 'ਤੇ ਜਿੱਥੇ ਜਿੱਥੇ ਤੁਸੀਂ ਇਸ ਵੀਡੀਓ ਦੇਖ ਰਹੇ ਹੋ, ਆਪ ਸਭ ਨੂੰ ਤੁਹਾਡੇ ਹੋਸਟ, ਤੁਹਾਡੇ ਦੋਸਤ ਪਰਮਜੀਤ ਸਿੰਘ ਖੋਸਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਮਿੱਤਰੋ ਪਿਆਰਿਓ, ਸਭ ਤੋਂ ਪਹਿਲਾਂ ਦੋ ਬੇਨਤੀਆਂ ਨੇ। ਅਗਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ, ਔਰ ਜੇਕਰ ਤੁਸੀਂ ਇਸ ਵੀਡੀਓ ਨੂੰ ਯੂਟਿਊਬ ਚੈਨਲ 'ਤੇ ਦੇਖ ਰਹੇ ਹੋ ਤਾਂ ਇਸ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਨਾਲ ਲੱਗਦੀ ਛੋਟੀ ਜਿਹੀ ਘੰਟੀ ਨੂੰ ਦਬਾਉਣਾ ਨਹੀਂ ਭੁੱਲਣਾ, ਤਾਂ ਕਿ ਸਾਡੀਆਂ ਸਾਰੀਆਂ ਵੀਡੀਓ ਆਪ ਮੁਹਾਰੇ ਤੁਹਾਡੀਆਂ ਅੱਖਾਂ ਸਾਹਮਣੇ ਆ ਸਕਣ ਔਰ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕੋ। ਪ੍ਰੋਗਰਾਮ ਦਾ ਨਾਂ ਹੈ, ਇਸ ਸੈਗਮੈਂਟ ਦਾ ਨਾਮ, ਸੱਚ ਦੀ ਆਵਾਜ਼। ਮੈਂ ਜਦੋਂ ਵੀ ਬੋਲਦਾ ਸੱਚ ਦੀ ਆਵਾਜ਼ ਲੈ ਕੇ ਆਉਣਾ, ਔਰ ਇਸੇ ਕਰਕੇ ਤੁਸੀਂ ਵੀਡੀਓਜ਼ ਨੂੰ ਬਹੁਤ ਪਿਆਰ ਕਰਦੇ ਹੋ, ਦੋ ਦੋ ਤਿੰਨ ਤਿੰਨ ਮਿਲੀਅਨ ਵਿਊਵਰ ਹੋਏ ਪਏ ਨੇ। ਦੂਸਰੀ ਗੱਲ ਕਿ ਸਿਰਫ ਵਿਊਵਰ ਲੈਣਾ ਮੇਰਾ ਕੰਮ ਨਹੀਂ ਹੈ, ਇਹ ਤੁਸੀਂ ਸਾਰੇ ਜਾਣਦੇ ਹੋ, ਪਰ ਫਿਰ ਵੀ ਤੁਸੀਂ ਪਿਆਰ ਕਰਦੇ ਹੋ ਅਤੇ ਚੰਗਾ ਲੱਗਦਾ ਕਿ ਤੁਸੀਂ ਵੀਡੀਓਜ਼ ਨੂੰ ਦੇਖਦੇ ਹੋ ਔਰ ਬਹੁਤ ਲੰਬੇ ਲੰਬੇ ਕਮੈਂਟਸ ਕਰਦੇ ਹੋ ਅਤੇ ਮੈਨੂੰ ਚੰਗਾ ਲੱਗਦਾ। ਜਿੰਨੇ ਵੀ ਲੋਕ ਮੈਨੂੰ ਕਾਲ ਕਰਦੇ ਨੇ ਫੇਸਬੁੱਕ ਤੋਂ ਜਾਂ ਯੂਟਿਊਬ ਤੋਂ ਮੇਰਾ ਨੰਬਰ ਲੈ ਕੇ ਔਰ ਮੈਸੇਜ ਕਰਦੇ ਨੇ, ਕਾਲ ਕਰਦੇ ਨੇ, ਉਹ ਇਸ ਚੀਜ਼ ਦੇ ਗਵਾਹ ਨੇ ਕਿ ਮੈਂ ਕਿਸੇ ਦੀ ਕਾਲ ਕਦੇ ਇਗਨੋਰ ਨਹੀਂ ਕੀਤੀ। ਕਈ ਵਾਰੀ ਮੈਂ ਮਿਸਡ ਕਾਲ ਦੇਖ ਕੇ ਵਾਪਸ ਕਾਲ ਵੀ ਕਰਦਾ, ਜੇ ਬਿਜ਼ੀ ਹੋਵਾਂ ਤਾਂ ਮੈਂ ਵੀ ਕਹਿੰਦਾ ਹੁੰਦਾ ਕਿ ਤੁਹਾਨੂੰ ਇੰਨੀ ਦੇਰ ਬਾਅਦ ਕਾਲ ਕਰਦਾ, ਔਰ ਫਿਰ ਉੰਨੀ ਦੇਰ ਬਾਅਦ ਕਾਲ ਜ਼ਰੂਰ ਕਰਦਾ, ਤੁਹਾਡੇ ਹਰ ਮੈਸੇਜ ਦਾ ਰਿਪਲਾਈ ਵੀ ਕਰਦਾ। ਔਰ ਮੇਰਾ ਖਿਆਲ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਚੈਨਲ ਨੇ ਇੰਨਾ ਕਮੈਂਟਸ ਕਿਸੇ ਦੇ ਰਿਪਲਾਈ ਨਹੀਂ ਕੀਤੇ ਹੋਣਗੇ ਜਿੰਨੇ ਮੈਂ ਕਰਦਾ ਰਹਿੰਦਾ, ਕਿਉਂਕਿ ਇੱਕ ਐਟੀਟਿਊਡ ਹੁੰਦਾ ਬਸ ਕਿ ਮੈਂ ਨਹੀਂ ਕਰਨਾ, ਸ਼ਾਇਦ ਮੇਰੀ ਹੇਠੀ ਹੋ ਜਾਏਗੀ, ਮੈਂ ਨਹੀਂ ਕਾਲ ਚੱਕਣੀ, ਸ਼ਾਇਦ ਮੈਂ ਆਮ ਜਿਹਾ ਬਣ ਜਾਵਾਂਗਾ, ਮੈਂ ਨਹੀਂ ਮੈਸੇਜ ਕਰਨਾ ਰਿਪਲਾਈ, ਸ਼ਾਇਦ ਮੈਂ ਆਮ ਜਿਹਾ ਬਣ ਜਾਵਾਂਗਾ। ਇੱਦਾਂ ਲੋਕ ਸੋਚ ਸੋਚ ਕੇ ਕਿਸੇ ਨੂੰ ਰਿਸਪੋਂਸ ਨਹੀਂ ਦਿੰਦੇ, ਪਰ ਮੇਰੀ ਸੋਚ ਇਹ ਹੁੰਦੀ ਹੈ ਕਿ ਜੇਕਰ ਕੋਈ ਤੁਹਾਨੂੰ ਮੈਸੇਜ ਕਰਦਾ, ਕੋਈ ਤੁਹਾਨੂੰ ਕਾਲ ਕਰਦਾ, ਤੇ ਕੁਛ ਨਾ ਕੁਛ ਸੋਚ ਕੇ ਤੋਂ ਕਾਲ ਕਰਦਾ ਹੋਵੇਗਾ ਨਾ, ਕਿਸੇ ਨੇ ਕੋਈ ਜ਼ਰੂਰੀ ਗੱਲ ਕਰਨੀ ਹੋ ਸਕਦੀ, ਜਾਂ ਕਿਸੇ ਨੂੰ ਵੈਸੇ ਹੁੰਦਾ ਯਾਰ ਗੱਲ ਕਰਕੇ ਦੇਖਦੇ ਹਾਂ, ਤੇ ਉਹਦੇ ਵਿੱਚ ਜੇ ਅਸੀਂ 2 ਮਿੰਟ ਗੱਲ ਕਰ ਲਾਂਗੇ, ਮੇਰਾ ਖਿਆਲ ਹੈ ਕਿ ਤੁਹਾਡੀ ਇਹਦੇ ਵਿੱਚ ਹੇਠੀ ਨਹੀਂ, ਤੁਹਾਡੀ ਸਗੋਂ ਵਡਿਆਈ ਹੋਏਗੀ। ਜਿਨ੍ਹਾਂ ਦਾ ਮੈਂ ਗੱਲ ਕਰਦਾ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ, ਜਦੋਂ ਕਹਿੰਦੇ ਕਿ ਭਾਅ ਜੀ ਕੋਈ ਵੀ ਚੈਨਲ ਵਾਲਾ ਰਿਸਪੋਂਸ ਨਹੀਂ ਦਿੰਦਾ, ਕੋਈ ਕਾਲ ਚੱਕਣੀ ਦੇ ਇੱਕ ਪਾਸੇ ਤੁਹਾਡੇ ਮੈਸੇਜ ਦਾ ਜਵਾਬ ਵੀ ਨਹੀਂ ਦਿੰਦਾ, ਤੇ ਤੁਸੀਂ ਕਾਲ ਵੀ ਕਰ ਲੈਂਦੇ ਹੋ ਵਾਪਸ ਔਰ ਕਾਲ ਚੱਕਦੇ ਵੀ ਹੋ, ਮੈਸੇਜ ਦਾ ਵੀ ਰਿਪਲਾਈ ਕਰਦੇ ਹੋ, ਤੇ ਮੈਨੂੰ ਚੰਗਾ ਲੱਗਦਾ, ਹੌਸਲਾ ਮਿਲਦਾ ਕਿ ਕਿਉਂਕਿ ਮੈਂ ਰੱਬ 'ਚ ਬੜਾ ਯਕੀਨ ਰੱਖਦਾ। ਮੈਂ ਸੋਚਦਾ ਹੁੰਦਾ ਜੇ ਮੈਨੂੰ ਕਿਸੇ ਨੇ ਕਾਲ, ਕਿਸੇ ਨੇ ਕੋਈ ਮੈਸੇਜ ਕੀਤਾ ਹੈ, ਤੇ ਇਹਦਾ ਮਤਲਬ ਉਹਦੇ ਦਿਲ ਵਿੱਚ ਕੁਛ ਨਾ ਕੁਛ ਮੇਰੇ ਪ੍ਰਤੀ ਜ਼ਰੂਰ ਪਿਆਰ ਹੈ, ਮੁਹੱਬਤ ਹੈ, ਤੇ ਤੁਹਾਡੇ ਉਸ ਪਿਆਰ ਤੇ ਮੁਹੱਬਤ ਦੀ ਮੈਂ ਬਹੁਤ ਹਮੇਸ਼ਾ ਕਦਰ ਕਰਦਾ। ਜਿਹੜੇ ਲੋਕ ਮੇਰੇ ਨਾਲ ਇਨ ਟੱਚ ਰਹਿੰਦੇ ਨੇ ਉਹ ਇਹਨਾਂ ਸਾਰੀਆਂ ਗੱਲਾਂ ਦੇ ਗਵਾਹ ਨੇ ਕਿ ਮੈਂ ਕਦੇ ਵੀ ਕਿਸੇ ਨੂੰ ਇਗਨੋਰ ਨਹੀਂ ਕੀਤਾ। ਹਾਂ, ਕੋਈ ਮੈਸੇਜ ਬਹੁਤ ਦੂਰ ਚਲੇ ਜਾਵੇ, ਮੇਰੀਆਂ ਅੱਖਾਂ ਤੋਂ ਪਰੋਖੇ ਹੋ ਗਿਆ, ਤੇ ਉਹਦੇ ਵਾਸਤੇ ਮਾਫੀ ਚਾਹੁੰਦਾ। ਆਉਂਦੇ ਹਾਂ ਅੱਜ ਦੇ ਟੌਪਿਕ ਵੱਲ। ਅੱਜ ਦਾ ਟੌਪਿਕ, ਜਿਸ ਟੌਪਿਕ ਤੇ ਗੱਲ ਕਰਨੀ ਆ, ਉਸ ਟੌਪਿਕ ਤੇ ਮੈਂ ਕਦੇ ਗੱਲਾਂ ਤੇ ਇਸ ਪਰਿਵਾਰ ਬਾਰੇ ਬਹੁਤ ਕੀਤੀਆਂ, ਮੇਰੀਆਂ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖਦੇ ਹੋਗੇ, ਪਰ ਜਦੋਂ ਵੀ ਗੱਲ ਕੀਤੀ ਹੈ ਬਹੁਤ ਪੋਜ਼ਿਟਿਵਲੀ ਕੀਤੀ ਹੈ, ਪਰ ਅੱਜ ਵੀ ਪੋਜ਼ਿਟਿਵਲੀ ਹੋਣਗੀਆਂ, ਹੋ ਸਕਦਾ ਕਿ ਉਸ ਤੋਂ ਵੀ ਜ਼ਿਆਦਾ ਪੋਜ਼ਿਟਿਵਲੀ ਹੋਣ, ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੋਣ ਜਿਹੜੀਆਂ ਪਹਿਲਾਂ ਅਸੀਂ ਗੱਲਾਂ ਕੀਤੀਆਂ, ਕਿਉਂਕਿ ਤਾਰੀਫਾਂ ਦੇ ਪੁੱਲ ਬਣਨੇ ਹੋਰ ਗੱਲ ਹੁੰਦੀ ਹੈ, ਅਤੇ ਇੱਕ ਸੱਚੇ ਸੁੱਚੇ ਤਰੀਕੇ ਨਾਲ ਕਿਸੇ ਨੂੰ ਸਮਝਾ ਦੇਣਾ ਉਹ ਡਿਫਰੈਂਟ ਗੱਲ ਹੁੰਦੀ ਹੈ। ਸੋ ਅੱਜ ਮੈਂ ਗੱਲ ਕਰਨੀ ਹੈ ਫਿਰ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਦੀ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਉਸ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਬੜੇ ਸੋਹਣੇ ਖੂਬਸੂਰਤ ਬੱਚੇ ਨੇ ਜਨਮ ਲਿਆ ਹੈ ਉਸ ਪਰਿਵਾਰ ਦੇ ਵਿੱਚ। ਮੈਂ ਵੈਸੇ ਵਧਾਈਆਂ ਦੇ ਚੁੱਕਿਆ ਆਫੀਸ਼ਲੀ, ਪਰ ਅੱਜ ਫਿਰ ਮੈਂ ਵਧਾਈਆਂ ਦੇ ਰਿਹਾ ਆਪਣੇ ਵੱਲੋਂ, ਆਪਣੇ ਪੂਰੇ ਪਰਿਵਾਰ ਵੱਲੋਂ। ਪਰ ਉਹਦੇ ਨਾਲ ਨਾਲ ਕੁਛ ਗੱਲਾਂ ਅੱਜ ਮੈਨੂੰ ਕਰਨੀਆਂ ਪੈਣੀਆਂ ਨੇ, ਇਹ ਗੱਲਾਂ ਜੇ ਕਿਉਂਕਿ ਮੈਂ ਟੂ ਬੀ ਓਨੈਸਟ ਮੇਰੇ ਕੋਲ ਉਸ ਪਰਿਵਾਰ ਦਾ ਨੰਬਰ ਨਹੀਂ ਹੈ, ਨਾ ਮੇਰੀ ਕਦੇ ਗੱਲ ਹੋਈ। ਮੈਂ ਇਹ ਸੋਚਿਆ ਹੈ ਕਿ ਜਦੋਂ ਵੀ ਭਾਰਤ ਗਿਆ
ਤੇ ਉਹਨਾਂ ਨੂੰ ਜ਼ਰੂਰ ਮਿਲ ਕੇ ਆਵਾਂਗਾ, ਪਰ ਮੇਰੇ ਕੋਲ ਨੰਬਰ ਨਹੀਂ। ਜੇਕਰ ਕੋਈ ਐਸਾ ਬੰਦਾ ਵੀਡੀਓ ਨੂੰ ਦੇਖ ਰਿਹਾ ਹੋਵੇ, ਉਹਨਾਂ ਨੂੰ ਜਾਣਦਾ ਹੋਵੇ ਤਾਂ ਉਹਨਾਂ ਤੱਕ ਵੀਡੀਓ ਪਹੁੰਚਾ ਦੇਵੇ ਤੇ ਮੈਂ ਸ਼ੁਕਰਗੁਜ਼ਾਰ ਹੋਵਾਂਗਾ। ਕਿਉਂਕਿ ਜਿਹੜੀਆਂ ਅੱਜ ਗੱਲਾਂ ਕਰਨੀਆਂ ਨੇ ਉਹ ਭਾਜੀ ਬਲਕੌਰ ਸਿੰਘ ਵਾਸਤੇ ਤੇ ਉਹਨਾਂ ਦੀ ਮਿਸਰੀ ਵਾਸਤੇ ਬਹੁਤ ਜ਼ਰੂਰੀ ਨੇ। ਤਾਰੀਫਾਂ ਬਹੁਤ ਕੀਤੀਆਂ ਨੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਤਾਰੀਫਾਂ ਕਰਾਂਗੇ, ਕਿਉਂਕਿ ਜੋ ਸਿੱਧੂ ਮੂਸੇਵਾਲ ਸਾਹਿਬ ਨੇ ਪੂਰੇ ਭਾਰਤ ਦਾ ਹੀ ਕਹਿ ਲਓ, ਇਕੱਲੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਹੀ ਨਾਮ ਬਣਾਇਆ, ਉਸ ਉਸ ਜਗ੍ਹਾ ਤੇ ਉਸ ਨਾਮ ਨੂੰ ਲੈ ਗਿਆ ਜਿਸ ਦੀ ਜਗ੍ਹਾ ਕੋਈ ਸੋਚ ਹੀ ਨਹੀਂ ਸਕਦਾ ਸੀਗਾ। ਔਰ ਉਹਨਾਂ ਦੇ ਜਾਣ ਤੋਂ ਬਾਅਦ ਉਹ ਦਾਇਰਾ ਹੋਰ ਵੱਧ ਗਿਆ, ਕਿਉਂਕਿ ਸਾਡੀ ਫਿਤਰਤ ਆ ਕਿ ਜਦੋਂ ਕਹਿੰਦੇ ਨੇ ਨਾ ਕਿ ਜੇ ਤੁਸੀਂ ਆਪਣੀ ਵਡਿਆਈ ਕਰਾਉਣੀ ਆ ਤੇ ਤੁਹਾਨੂੰ ਉਹਦੇ ਵਾਸਤੇ ਮਰਨਾ ਪਏਗਾ, ਇਹ ਗੱਲ ਸੱਚ ਹੈ। ਸਿੱਧੂ ਮੂਸੇਵਾਲ ਸਾਹਿਬ ਨੂੰ ਬਹੁਤ ਪਿਆਰ ਉਹਦੇ ਜਿਉਂਦੇ ਜੀ ਵੀ ਮਿਲਿਆ, ਪਰ ਉਹ ਤੋਂ ਕਿਤੇ ਜ਼ਿਆਦਾ ਪਿਆਰ ਉਹਨਾਂ ਦੇ ਜਾਣ ਤੋਂ ਬਾਅਦ ਮਿਲਿਆ। ਗੱਲ ਜਿਹੜੀ ਮੈਂ ਅੱਜ ਕਰਨੀ ਆ ਉਹ ਇਹ ਆ ਕਿ ਦੇਖੋ ਉਹਨਾਂ ਦੇ ਘਰ ਬੇਟਾ ਆਇਆ, ਬਹੁਤ ਖੁਸ਼ੀ ਦੀ ਗੱਲ ਆ, ਪੂਰੀ ਦੁਨੀਆ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਨੇ, ਪਰ ਕੁਛ ਹੀ ਗੱਲਾਂ ਮੈਂ ਕਹਿਣੀਆਂ ਚਾਹੁੰਦੀਆਂ ਅੱਜ ਚਾਹੁੰਦਾ ਅੱਜ ਭਾਜੀ ਬਲਕੌਰ ਸਿੰਘ ਜੀ ਨੂੰ ਤੇ ਸਾਡੀ ਭੈਣ ਨੂੰ, ਕਿ ਅਸੀਂ ਕਿਤੇ ਨਾ ਕਿਤੇ ਤੁਹਾਨੂੰ ਇਹ ਚੀਜ਼ਾਂ ਨੁਕਸਾਨ ਦੇਣਗੀਆਂ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚੱਲ ਰਿਹਾ। ਦੇਖੋ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ, ਕੁਛ ਇੱਕ ਉਹਨਾਂ ਦੇ ਗੀਤਾਂ ਕਰਕੇ ਵੀ ਕਹਿ ਲਓ, ਕਿਉਂਕਿ ਗੀਤਾਂ ਦੇ ਵਿੱਚ ਵੀ ਬੇਸ਼ੱਕ ਉਹਨਾਂ ਨੇ ਪੰਜਾਬੀ ਨੂੰ, ਪੰਜਾਬੀਅਤ ਨੂੰ ਤੇ ਸਾਡੀ ਪਗੜੀ ਨੂੰ ਬਹੁਤ ਦੂਰ ਤੱਕ ਪਹੁੰਚਾਇਆ, ਪਰ ਗੀਤ ਬਹੁਤ ਸਾਰੇ ਕ੍ਰਾਂਤੀਕਾਰੀ ਹੋ ਗਏ ਸਨ। ਬਹੁਤ ਜ਼ਿਆਦਾ ਉਹਦੇ ਵਿੱਚ ਕਹਿ ਲਓ ਐਟੀਟਿਊਡ ਸੀਗਾ ਗੀਤਾਂ ਦੇ ਵਿੱਚ, ਜਾਂ ਫਿਰ ਸਿੱਧੀਆਂ ਗੱਲਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਕਰਨੀਆਂ ਬਹੁਤ ਮੁਸ਼ਕਿਲ ਨੇ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਚਲੋ ਉਸ ਬੰਦੇ ਨੇ ਦਲੇਰੀ ਨਾਲ ਗੱਲਾਂ ਕੀਤੀਆਂ ਨੇ, ਪਰ ਉਹਦਾ ਸਿੱਟਾ ਅਸੀਂ ਦੇਖ ਹੀ ਲਿਆ। ਪਤਾ ਨਹੀਂ ਕਿੰਨੇ ਮਰਵਾਇਆ, ਕਿੰਨੇ ਮਾਰਿਆ, ਇਹ ਅਜੇ ਤੱਕ ਤਹਿਕੀਕਾਤ ਚੱਲ ਰਹੀ ਹੈ। ਪਰ ਬਲਕੌਰ ਸਿੰਘ ਜਿਹੜੇ ਭਾਜੀ ਨੇ ਸਾਡੇ, ਉਹ ਵੀ ਹਮੇਸ਼ਾ ਗੋਲਮੋਲ ਗੱਲ ਤੇ ਕਰ ਜਾਂਦੇ ਨੇ। ਦੇਖੋ ਬਹੁਤ ਸਾਰੇ ਬੰਦੇ ਜੇਲ੍ਹ ਦੇ ਵਿੱਚ ਆਲਰੇਡੀ ਕੀਤੇ ਹੋਏ ਨੇ, ਜਿਨ੍ਹਾਂ ਤੇ ਸ਼ੱਕ ਸੀ ਜਾਂ ਜਿਨ੍ਹਾਂ ਨੇ ਕਤਲ ਕੀਤਾ ਜਾਂ ਕਰਵਾਇਆ, ਬਹੁਤ ਸਾਰੇ ਬੰਦੇ, ਤੇ ਉਹ ਕਹਿੰਦੇ ਨੇ ਕਿ ਨਿਆਂ ਅਜੇ ਸਾਨੂੰ ਮਿਲ ਨਹੀਂ ਰਿਹਾ। ਦੇਖੋ ਜੇ ਤੁਹਾਨੂੰ ਲੱਗਦਾ ਕਿ ਉਹ ਜਿਹੜੇ ਬੰਦੇ ਅੰਦਰ ਕੀਤੇ ਹਨ ਉਹ ਬੇਗੁਨਾਹ ਹਨ ਜਾਂ ਉਹਨਾਂ ਦਾ ਕਿਤੇ ਨਾ ਕਿਤੇ ਥੋੜਾ ਬਹੁਤ ਹੱਥ ਹੈ ਤੇ, ਪਰ ਫਿਰ ਵੀ ਜੇ ਤੁਸੀਂ ਚਾਹੁੰਦੇ ਹੋ ਨਿਆਂ ਲੈਣਾ ਤੇ ਤੁਸੀਂ ਜਾਂ ਤਾਂ ਫਿਰ ਇੱਕ ਵਾਰੀ ਸ਼ਰੇਆਮ ਨਾਮ ਲੈ ਦਿਓ ਉਹਨਾਂ ਬੰਦਿਆਂ ਦੇ ਵੀ ਸਾਨੂੰ ਇਹਨਾਂ ਇਹਨਾਂ ਤੇ ਸ਼ੱਕ ਆ, ਤਾਂ ਕਿ ਉਹਨਾਂ ਨੂੰ ਵੀ ਫੜ ਕੇ ਅੰਦਰ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਸਜ਼ਾ ਮਿਲਦੀ ਹੈ ਦਿੱਤੀ ਜਾਵੇ। ਦੂਸਰੀ ਗੱਲ ਜਿਹੜੀ ਮੈਂ ਕਰਨੀ ਅੱਜ ਨਵੇਂ ਨਵ ਜੰਮੇ ਬੱਚੇ ਬਾਰੇ। ਦੇਖੋ ਸਿੱਧੂ ਮੂਸੇਵਾਲ ਸਾਹਿਬ ਦਾ ਇੰਤਕਾਲ ਹੋ ਗਿਆ, ਉਹਦਾ ਸਿਖਰ ਦੁਪਹਿਰੇ ਕਤਲ ਕੀਤਾ ਗਿਆ, ਉਹਦੇ ਵਿੱਚ ਕਿਤੇ ਨਾ ਕਿਤੇ ਜੈਲਸੀ ਕਹਿ ਲਓ ਜਾਂ ਕੋਈ ਲਾਗਡਾਟ ਕਹਿ ਲਓ, ਤੇ ਲਾਗਡਾਟ ਇਹ ਕਿ ਇਹਦੇ ਵਿੱਚ ਤੇ ਕੋਈ ਦੋ ਰਾਏ ਨਹੀਂ। ਅੱਜ ਮੰਨਣਾ ਪਏਗਾ ਤੁਹਾਨੂੰ, ਮੈਂ ਗੱਲਾਂ ਕਦੇ ਕੀਤੀਆਂ ਨਹੀਂਗੀਆਂ, ਪਰ ਅੱਜ ਤੁਹਾਨੂੰ ਮੰਨਣਾ ਪਏਗਾ ਕਿ ਜਿੱਥੇ ਸਿੱਧੂ ਮੂਸੇਵਾਲ ਸਾਹਿਬ ਨੇ ਗੀਤਾਂ ਦੇ ਵਿੱਚ ਆਪਣੀ ਮਾਂ ਦੇ ਰਿਸ਼ਤੇ ਦੀ ਗੱਲ ਕੀਤੀ, ਆਪਣੇ ਪਿਓ ਦੇ ਰਿਸ਼ਤੇ ਦੀ ਗੱਲ ਕੀਤੀ ਹੈ, ਜਾਂ ਫਿਰ 295 ਦੇ ਕੇਸ ਬਾਰੇ ਜਿਹੜਾ ਗਾਣਾ ਆਇਆ ਸੀਗਾ ਉਹਦੇ ਵਿੱਚ ਬਹੁਤ ਸੱਚੀਆਂ ਗੱਲਾਂ ਕੀਤੀਆਂ ਨੇ, ਜਾਂ ਫਿਰ ਹੋਰ ਬਹੁਤ ਸਾਰੇ ਐਸੇ ਗਾਣੇ ਜਿਹਨਾਂ ਨੂੰ ਸੁਣ ਸੁਣ ਕੇ ਸਿੱਧੂ ਮੂਸੇਵਾਲਾ ਸਾਹਿਬ ਨੂੰ ਅਸੀਂ ਅੱਜ ਬਹੁਤ ਪਿਆਰ ਕਰਦੇ ਹਾਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿੱਧੂ ਮੂਸੇਵਾਲਾ ਸਾਹਿਬ ਗੜਸ ਵਾਲਾ ਸੀਗਾ, ਡਟ ਕੇ ਔਰ ਹਿੰਮਤ ਨਾਲ ਗੱਲ ਕਰਨ ਵਾਲਾ ਸੀਗਾ, ਪਰ ਗੱਲ ਇਹ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਨਾ ਜਾਂ ਸਾਡਾ ਪੂਰਾ ਭਾਰਤ, ਉੱਥੇ ਤੁਸੀਂ ਗੱਲ ਖੁੱਲ੍ਹ ਕੇ ਕਿੰਨੀ ਕੁ ਦੇਰ ਕਰ ਸਕਦੇ ਇਹ ਤੁਸੀਂ ਦੇਖ ਹੀ ਚੁੱਕੇ ਹੋ। ਸਿਖਰ ਦੁਪਹਿਰੇ ਉਹਦਾ ਕਤਲ ਕਰ ਦਿੱਤਾ ਗਿਆ, ਕਿਉਂਕਿ ਕੁਛ ਇੱਕ ਲੋਕਾਂ ਨੂੰ ਉਹ ਪਚੀ ਨਹੀਂ, ਉਹਨਾਂ ਦੀ ਪਾਪੂਲੈਰਿਟੀ ਨਹੀਂ ਪਚੀ, ਉਹਨਾਂ ਦਾ ਪੈਸਾ ਨਹੀਂ ਪਚਿਆ, ਜਿੰਨਾ ਉਹਨਾਂ ਦਾ ਨਾਮ ਹੋ ਗਿਆ ਸੀਗਾ ਉਹ ਨਹੀਂ ਪਚਿਆ। ਮੈਂ ਅੱਗੇ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ ਕਿ ਬੇਸ਼ੱਕ ਅੱਜ ਕੋਈ ਵੀ ਬੰਦਾ ਜ਼ਿੰਮੇਵਾਰੀ ਲੈ ਰਿਹਾ ਹੋਵੇ ਕਿ ਸਾਡਾ ਇਹ ਕੰਮ ਸੀਗਾ, ਪਰ ਕਿਤੇ ਨਾ ਕਿਤੇ ਅੱਜ ਫਿਰ ਮੈਂ ਕਹਾਂਗਾ ਕਿ ਕੁਛ ਇੱਕ ਇਸੇ ਹੀ ਲਾਈਨ ਦੇ ਬੰਦਿਆਂ ਦਾ ਕੰਮ ਜ਼ਰੂਰ ਹੈ ਵਿੱਚ, ਕਿਉਂਕਿ ਉਹਨਾਂ ਨੇ ਆਪ ਤੇ ਕਰ ਨਹੀਂ ਸਕਦੇ ਸੀ ਪਰ ਕਰਾਇਆ ਹੈ ਕੰਮ।
ਗੱਲ ਹੈ ਜਿਹੜੀ ਮੈਂ ਅੱਜ ਬਹੁਤ ਇੰਪੋਰਟੈਂਟ ਕਰਨੀ ਚਾਹੁੰਦਾ ਕਿ ਤੁਸੀਂ ਜਿਹੜਾ ਬਲਕੌਰ ਭਾਜੀ, ਤੁਸੀਂ ਹਰ ਨਿੱਕੀ ਨਿੱਕੀ ਗੱਲ ਨੂੰ ਸੋਸ਼ਲ ਮੀਡੀਆ ਤੇ ਲਿਆਉਣਾ ਸ਼ੁਰੂ ਕਰ ਦਿੱਤਾ, ਉਹ ਤੁਹਾਡੇ ਪਰਿਵਾਰ ਵਾਸਤੇ ਆਉਣ ਵਾਲੇ ਸਮੇਂ ਵਿੱਚ ਹੋਰ ਦੁੱਖਦਾਇਕ ਹੋਏਗਾ। ਦੇਖੋ, ਬੱਚਾ ਤੁਹਾਡੇ ਘਰ ਆਇਆ, ਪੂਰੀ ਦੁਨੀਆ ਨੇ ਖੁਸ਼ੀਆਂ ਮਨਾਈਆਂ, ਤੁਸੀਂ ਹੋਈ ਨਹੀਂ, ਪਰ ਉਹਨੂੰ ਜ਼ਿਆਦਾ ਹਾਈ ਪ੍ਰੋਫਾਈਲ ਕਰ ਦਿੱਤਾ, ਤੁਸੀਂ ਬੱਚੇ ਨੂੰ ਇੰਨਾ ਕੁ ਜ਼ਿਆਦਾ ਹਾਈ ਪ੍ਰੋਫਾਈਲ ਕਰ ਦਿੱਤਾ ਕਿ ਅੱਜ ਨੋਟਿਸ ਤੁਹਾਡੇ ਘਰ ਪਏ। ਦੇਖੋ, ਜੇ ਇੰਨਾ ਹਾਈਲਾਈਟ ਨਾ ਕਰਦੇ ਉਸ ਨੂੰ, ਬੱਚੇ ਦੀ ਪੈਦਾਇਸ਼ ਨੂੰ ਹਾਈ ਪ੍ਰੋਫਾਈਲ ਨਾ ਕਰਦੇ ਤੇ ਸ਼ਾਇਦ ਇਹ ਨੋਟਿਸ ਆ ਤੇ ਭਾਵੇਂ ਜਾਂਦਾ, ਜੇ ਕਾਨੂੰਨ ਹੈਗਾ ਇਹੋ ਜਿਹਾ, ਪਰ ਹੋ ਸਕਦਾ ਥੋੜੇ ਦਿਨਾਂ ਬਾਅਦ ਆਉਂਦਾ। ਦੇਖੋ, ਤੁਸੀਂ ਅਨਾਉਂਸ ਕੀਤਾ, ਅਨਾਉਂਸ ਨਾ ਵੀ ਕਰਦੇ ਪਤਾ ਲੱਗ ਜਾਣਾ ਸੀਗਾ, ਪਰ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਦੇ ਕਿ ਸਾਡੇ ਘਰ ਜੋ ਬੱਚਾ ਆਇਆ ਆ, ਅਸੀਂ ਪਹਿਲਾਂ ਉਹਦੀ ਪਾਲਣ ਪੋਸ਼ਣ ਵੱਲ ਧਿਆਨ ਦਈਏ, ਉਹਦੀ ਪਰਵਰਿਸ਼ ਵੱਲ ਧਿਆਨ ਦਈਏ, ਉਹਦਾ ਦੇਖੀਏ ਠੀਕ ਠਾਕ ਹੈ ਸਾਰਾ ਕੁਝ, ਜੱਚਾ ਬੱਚਾ, ਤੇ 2, 4, 5, 10, 15, 20 ਦਿਨਾਂ ਬਾਅਦ ਤੁਸੀਂ ਬੇਸ਼ੱਕ ਆਪ ਵੀ ਆ ਕੇ ਕਹਿ ਦਿੰਦੇ। ਤੁਹਾਡਾ ਆਪ ਆ ਕੇ ਕਹਿਣਾ, ਫੋਟੋਆਂ ਲਵਾ ਦੇਣੀਆਂ, ਬੋਲ ਕੇ ਕਹਿ ਦੇਣਾ, ਉਹਦੇ ਨਾਲ ਬਹੁਤ ਵੱਡਾ ਖਲਾਰਾ ਪੈ ਗਿਆ ਪੂਰੀ ਦੁਨੀਆ ਦੇ ਵਿੱਚ। ਔਰ ਉਸੇ ਖਲਾਰੇ ਕਰਕੇ ਤੁਹਾਨੂੰ ਇਹ ਵੀ ਪਤਾ ਕਿ ਤੁਹਾਡੇ ਪਰਿਵਾਰ ਦੇ ਨਾਲ ਜਿੰਨੇ ਤੁਹਾਡੇ ਆਲੇ ਦੁਆਲੇ ਫਿਰਦੇ ਨੇ, ਬੇਸ਼ੱਕ ਉਹ ਸਿੰਗਰ ਹੋਣ, ਬੇਸ਼ੱਕ ਉਹ ਆਮ ਲੋਕੀ ਹੋਣ, ਜਾਂ ਬੇਸ਼ੱਕ ਵੱਡੀਆਂ ਵੱਡੀਆਂ ਪ੍ਰੋਫਾਈਲ ਵਾਲੇ ਹੋਣ, ਉਹ ਲੋਕੀ ਉਹਦੇ ਵਿੱਚੋਂ 50% ਵੀ ਤੁਹਾਡੇ ਹਮਦਰਦੀ ਨਹੀਂ ਹੋਣੇ, ਇਹ ਗੱਲ ਤੁਹਾਨੂੰ ਮੰਨਣੀ ਪੈਗੀ। ਜਿਹੜੇ ਲੋਕੀ ਫੋਟੋਆਂ ਕਰਾਉਣ ਆਉਂਦੇ ਨੇ ਬੱਚੇ ਨਾਲ, ਅੱਜ ਹਰ ਬੰਦਾ, ਹਰ ਬੱਚਾ, ਹਰ ਲੇਡੀ, ਹਰ ਨੌਜਵਾਨ ਬੱਚੇ ਨੂੰ ਚੱਕ ਕੇ ਫੋਟੋਆਂ ਆਪਣੀ ਆਪਣੀ ਪ੍ਰੋਫਾਈਲ ਤੇ ਪਾ ਰਿਹਾ। ਮਤ ਸੋਚੋ ਕਿ ਇਹ ਤੁਹਾਡੇ ਹਮਦਰਦੀ ਨੇ, ਤੁਹਾਡੇ ਵਾਸਤੇ ਬਹੁਤ ਖੁਸ਼ੀ ਆ, ਤੇ ਜਾਂ ਫਿਰ ਬਹੁਤ ਤੁਹਾਡੇ ਦੁੱਖ ਦੇ ਵਿੱਚ ਸ਼ਰੀਕ ਨੇ। ਹਰ ਬੰਦਾ, ਜਿਹੜਾ ਵੀ ਕੋਈ ਸਿੰਗਰ ਆਉਂਦਾ, ਇੱਕ ਦੋ ਨੂੰ ਛੱਡ ਕੇ, ਜਿਹੜੇ ਪੁਰਾਣੇ ਮਿੱਤਰ ਸਨ ਉਹਨਾਂ ਨੂੰ ਛੱਡ ਕੇ, ਇੱਕ ਦੋ ਨੂੰ ਜਿਹੜੇ ਨਵੇਂ ਤੁਹਾਡੇ ਵਿੱਚ ਆ ਕੇ ਬਹੁਤ ਤੁਹਾਡਾ ਫੋਟੋਆਂ ਕਰਾ ਰਹੇ ਨੇ, ਤੁਹਾਡੀਆਂ ਆਪਣੀ ਪ੍ਰੋਫਾਈਲ ਤੇ ਲਾ ਰਹੇ ਨੇ, ਇਹ ਸਿਰਫ ਔਰ ਸਿਰਫ ਆਪਣੀ ਪਾਪੂਲੈਰਿਟੀ ਵਾਸਤੇ ਨੇ, ਤੁਹਾਡੇ ਵਾਸਤੇ ਕਿਸੇ ਲਈ ਪਿਆਰ ਨਹੀਂ ਗਏ, ਤੁਹਾਨੂੰ ਮੰਨਣਾ ਪਏਗਾ। ਔਰ ਇਸ ਚੀਜ਼ ਦਾ ਤੁਸੀਂ ਹੁਣ ਪ੍ਰੂਫ ਵੀ ਲੈ ਚੁੱਕੇ ਹੋ। ਤੁਹਾਡੇ ਬੇਟਾ ਹੋਇਆ, ਔਰ ਬੇਟੇ ਹੋਣ ਤੋਂ ਬਾਅਦ ਪਤਾ ਨਹੀਂ ਕਿੱਥੋਂ ਕਿੱਥੋਂ ਲੋਕੀ ਆ ਆ ਕੇ ਤੁਹਾਡੇ ਘਰ ਦੇ ਵਿੱਚ ਢੋਲ ਵਜਾ ਰਹੇ ਨੇ, ਜਲੇਬੀਆਂ ਵੰਡ ਰਹੇ ਨੇ, ਲੱਡੂ ਵੰਡ ਰਹੇ ਨੇ। ਮੇਰਾ ਖਿਆਲ ਹੈ ਕਿ ਇਹ ਤੁਹਾਨੂੰ ਅਨਾਉਂਸਮੈਂਟ ਇਦਾਂ ਕਰਨੀ ਚਾਹੀਦੀ ਸੀਗੀ ਕਿ ਸਭ ਦਾ ਬਹੁਤ ਧੰਨਵਾਦ, ਤੁਸੀਂ ਸਿੱਧੂ ਦੀ ਮੌਤ ਤੋਂ ਬਾਅਦ ਵੀ ਬਹੁਤ ਪਿਆਰ ਦਿੱਤਾ, ਉਹਦੇ ਜੀਂਦੇ ਜੀ ਵੀ ਪਿਆਰ ਦਿੱਤਾ, ਔਰ ਸਾਡੇ ਘਰ ਤੁਹਾਡੀਆਂ ਦੁਆਵਾਂ ਤੇ ਮਾਲਕ ਦੀ ਕਿਰਪਾ ਨਾਲ ਬੱਚਾ ਹੋਇਆ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਇਹ ਤੁਹਾਡੇ ਵੱਲੋਂ ਮੈਂ ਗੱਲਾਂ ਕਰ ਰਿਹਾ, ਮੇਰੀਆਂ ਨਹੀਂ, ਕਿ ਤੁਹਾਨੂੰ ਇਦਾਂ ਸ਼ਾਇਦ ਕਰਨਾ ਚਾਹੀਦਾ ਸੀ ਕਿ ਸਾਧ ਸੰਗਤ ਜੀ, ਅਸੀਂ ਪੂਰਾ ਪਰਿਵਾਰ, ਸਪੈਸ਼ਲੀ ਅਸੀਂ ਮੀਆਂ ਬੀਵੀ, ਤੁਹਾਡੇ ਬਹੁਤ ਧੰਨਵਾਦੀ ਹਾਂ। ਤੁਸੀਂ ਬਹੁਤ ਪਿਆਰ ਦਿੱਤਾ ਇਸ ਪਰਿਵਾਰ ਨੂੰ, ਬਹੁਤ ਮੁਹੱਬਤ ਦਿੱਤੀ। ਮੇਰੀ ਬੇਨਤੀ ਆ, ਮੇਰੀ ਯਾਨੀ ਕਿ ਬਲਕੌਰ ਸਿੰਘ ਦੀ, ਕਿ ਤੁਸੀਂ, ਸਾਡੇ ਘਰ ਬੱਚਾ ਹੋਇਆ, ਸਾਨੂੰ ਥੋੜੇ ਕੁ ਦਿਨ ਦੇ ਦਿਓ, ਅਸੀਂ ਆਪਣੇ ਬੱਚੇ ਨੂੰ ਘਰ ਲੈ ਆਈਏ, ਤੰਦਰੁਸਤ ਹੋਵੇ ਸਾਰਾ ਕੁਝ, ਅਸੀਂ 1.5 ਮਹੀਨਾ, ਜਾਂ ਵੈਸੇ ਵੀ ਕਈਆਂ ਪਰਿਵਾਰਾਂ ਦੇ ਵਿੱਚ 1.25 ਮਹੀਨਾ ਬੱਚਾ ਨਾਂ ਦਿਖਾਉਣ ਦੀ ਵੀ ਰਵਾਇਤ ਜੀ ਹੈਗੀ, ਤੁਸੀਂ ਇਹੋ ਹੀ ਕਹਿ ਸਕਦੇ ਸੀ ਕਿ ਅਸੀਂ 1.25 ਮਹੀਨਾ ਅਸੀਂ ਬੱਚਾ ਕਿਸੇ ਨੂੰ ਨਹੀਂ ਦਿਖਾਉਣਾ, ਅਸੀਂ ਘਰ ਦੇ ਵਿੱਚ ਸਾਡੇ ਇਹੋ ਜਿਹਾ ਕੋਈ ਇਹੋ ਜਿਹਾ ਹੰਗਾਮਾ ਜਾਂ ਇਹੋ ਜਿਹਾ ਰਸ਼ ਨਾ ਕੀਤਾ ਜਾਵੇ ਕਿ ਸਾਡੇ ਕੋਲ ਸੰਭਾਲਣਾ ਹੋਵੇ। ਤੁਹਾਨੂੰ ਇਹ ਅਨਾਉਂਸਮੈਂਟ ਕਰਨੀ ਚਾਹੀਦੀ ਸੀ ਕਿ ਅਸੀਂ ਜਦੋਂ ਸਾਰਾ ਕੁਝ ਠੀਕ ਹੋ ਗਿਆ, ਜੱਚਾ ਬੱਚਾ ਸਾਰਾ ਕੁਝ ਠੀਕ, ਅਸੀਂ ਥੋੜ੍ਹਾ ਜਿਹਾ ਬੱਚੇ ਨੂੰ ਸੁਰਤ ਵੀ ਆ ਜਾਵੇ, ਸਾਨੂੰ ਵੀ ਸੁਰਤ ਆ ਜਾਵੇ, ਤੇ ਫਿਰ ਅਸੀਂ ਜ਼ਰੂਰ ਘਰ ਦੇ ਵਿੱਚ ਕੋਈ ਭਾਵੇਂ ਬੇਸ਼ੱਕ ਇੱਕ ਜਸ਼ਨ ਮਨਾਓ, ਇੱਕ ਪਾਰਟੀ ਰੱਖ ਦੇ। ਪਰ ਨਹੀਂ, ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਢੋਲ ਡੀਜੇ ਇਦਾਂ ਵੱਜਣ ਡਏ ਹੋਏ ਸਨ। ਤੁਸੀਂ ਸੋਚ ਕੇ ਦੇਖੋ ਕਿ ਜਿੰਨੇ ਤੁਹਾਡੇ ਪਰਿਵਾਰ ਦੇ ਮੁਹੱਬਤ ਕਰਨ ਵਾਲੇ ਨੇ, ਉਨੇ ਹੀ ਤੁਹਾਡੇ ਪਰਿਵਾਰ ਨਾਲ ਦੁਸ਼ਮਣੀ ਕਰਨ ਵਾਲੇ ਵੀ ਨੇ, ਜਿਹੜੇ ਅੰਦਰੋਂ ਬਹੁਤ ਦੁਖੀ ਨੇ, ਬੇਸ਼ੱਕ ਉਹ ਗਾਉਣ ਵਾਲਾ ਕੋਈ ਹੋਵੇ ਤੇ ਬੇਸ਼ੱਕ ਉਹ ਕੋਈ ਵੀ ਹੋਵੇ।
ਅੰਦਰੋਂ ਦੁਖੀ ਵੀ ਹੋਣ। ਹੁਣ ਇਹੋ ਸਾਰਾ ਕੁਝ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਾਓ ਕਿ ਉਹਨਾਂ ਦੇ ਤੇ ਢਿੱਡੀ ਪੀੜਾਂ ਪੈਣਗੀਆਂ ਨਾ, ਜਿਨ੍ਹਾਂ ਨੇ ਦਿਮਾਗ ਦੇ ਵਿੱਚ ਰੱਖੋ ਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲ ਨੂੰ ਸਾਹਿਬ ਨੂੰ ਮਾਰਿਆ ਜਾਂ ਮਰਵਾਇਆ, ਰੱਬ ਨਾ ਕਰੇ, ਵਾਹਿਗੁਰੂ ਸੱਚੇ ਪਾਤਸ਼ਾਹ ਨਾ ਕਰੇ ਕੁਛ ਇਹੋ ਜਿਹਾ ਕਦੇ ਹੋਵੇ, ਪਰ ਤੁਸੀਂ ਉਸ ਨਵੇਂ ਜੰਮੇ ਬੱਚੇ ਨੂੰ ਉਹਨਾਂ ਦੀਆਂ ਨਜ਼ਰਾਂ ਵਿੱਚ ਕਿਉਂ ਉਤਾਰ ਰਹੇ ਹੋ? ਤੁਸੀਂ ਉਸ ਨਵ ਜੰਮੇ ਬੱਚੇ ਨੂੰ ਉਹਨਾਂ ਲੋਕਾਂ ਦੀਆਂ ਨਜ਼ਰਾਂ ਤੱਕ ਕਿਉਂ ਉਤਾਰ ਰਹੇ ਹੋ ਜਿਹੜੇ ਬੱਚਿਆਂ ਨੇ ਸਿੱਧੂ ਮੂਸੇਵਾਲ ਸਾਹਿਬ ਨੂੰ ਮਾਰਿਆ? ਤੁਸੀਂ ਅਜੇ ਬੱਚਾ 2 ਘੰਟੇ ਦਾ ਨਹੀਂ ਹੋਇਆ, ਤੁਸੀਂ ਫਿਰ ਉਹੀ ਗੱਲਾਂ ਸ਼ੁਰੂ ਕਰਤੀਆਂ ਜਿਹੜਾ ਸਿੱਧੂ ਮੂਸੇਵਾਲ ਸਾਹਿਬ ਨੇ 500 ਗਾਣਾ ਲਿਖਿਆ ਸੀ। ਤੁਸੀਂ ਅਨਾਪ ਬੋਲ ਰਹੇ ਹੋ, ਲਿਖ ਲਿਖ ਕੇ ਵੀ, ਬੋਲ ਬੋਲ ਕੇ ਵੀ, ਕਿ ਜਿਹੜੇ ਸਿੱਧੂ ਮੂਸੇਵਾਲ ਸਾਹਿਬ ਨੇ 500 ਗਾਣਾ ਲਿਖਿਆ ਉਹ ਇਹ ਬੱਚਾ ਨਵਜੰਮਾ ਬੱਚਾ ਗਾਏਗਾ। ਬਲਕੌਰ ਸਾਹਿਬ ਜੀ, ਅਜੇ ਕੱਲ੍ਹ ਬੱਚਾ ਆਇਆ, 2-3 ਘੰਟੇ ਦਾ ਬੱਚਾ ਹੋਇਆ, ਤੁਸੀਂ ਏਡੀਆਂ ਏਡੀਆਂ ਵੱਡੀਆਂ ਅਨਾਊਂਸਮੈਂਟ ਕਰਨ ਲੱਗ ਗਏ ਹੋ, ਤੇ ਲੋਕਾਂ ਦੀਆਂ ਦੁਸ਼ਮਣੀਆਂ ਤਾਂ ਫਿਰ ਪੈਣਗੀਆਂ ਨਾ ਜਿਹੜੇ ਤੁਹਾਡੇ ਦੁਸ਼ਮਣ ਬੈਠੇ ਨੇ। ਆਪਣੇ ਬੱਚੇ ਦੀ ਹਿਫਾਜ਼ਤ ਕਰੋ, ਦੁਆ ਕਰੋ, ਉਹ ਜਵਾਨ ਹੋ ਕੇ ਕੀ ਕਰੇਗਾ, ਮਾਲਕ ਕੀ ਕਰਾਏਗਾ, ਇਹ ਉਹਦੇ ਹੱਥ ਵਸ ਹੈ। ਉਹ ਇੰਜੀਨੀਅਰ ਬਣਨਾ ਚਾਹੇਗਾ, ਉਹ ਕੋਈ ਪੁਲਿਸ ਆਫਿਸਰ ਬਣਨਾ ਚਾਹੇਗਾ, ਕੋਈ ਫੌਜੀ ਬਣਨਾ ਚਾਹੇਗਾ, ਐਕਟਰ ਬਣਨਾ ਚਾਹੇਗਾ, ਗਾਇਕ ਬਣਨਾ ਚਾਹੇਗਾ, ਇਹ ਤੇ ਮਾਲਕ ਨੇ ਜੋ ਲਿਖਿਆ ਉਹ ਹੋਣਾ। ਤੁਸੀਂ 2 ਘੰਟੇ ਦਾ ਬੱਚਾ ਜੋ ਤੁਸੀਂ ਅਨਾਊਂਸ ਕਰ ਰਹੇ ਹੋ ਕਿ ਇਹ 500 ਗਾਣਾ ਮੇਰਾ ਇਹੀ ਬੇਟਾ ਗਾਏਗਾ, ਸਿੱਧੂ ਮੂਸੇਵਾਲ ਸਾਹਿਬ, ਸਿੱਧੂ ਮੂਸੇਵਾਲ ਦੁਬਾਰਾ ਪੈਦਾ ਹੋਇਆ, ਠੀਕ ਹੈ, ਕਿਸੇ ਦੇ ਘਰ ਵੀ ਕੋਈ ਭੈਣ ਭਰਾ ਜੰਮਦਾ ਤੇ ਇਹੀ ਹੁੰਦਾ ਕਿ ਇਹਦਾ ਭਰਾ ਆ ਗਿਆ, ਇਹਦੀ ਭੈਣ ਆ ਗਈ, ਹਰ ਘਰ ਦੇ ਵਿੱਚ ਇਹ ਹੁੰਦਾ। ਅਸੀਂ ਤੁਹਾਡੇ ਪਰਿਵਾਰ ਦੇ ਦੁਖੀ ਨਹੀਂ ਆ, ਬਹੁਤ ਪਿਆਰ ਕਰਦੇ ਆ। ਮੈਂ ਤਾਂ ਉਹ ਬੰਦਾ ਆ, ਲੋਕਾਂ ਨੇ ਤੇ ਸਿੱਧੂ ਮੂਸੇਵਾਲ ਸਾਹਿਬ ਦੇ ਜਾਣ ਤੋਂ ਬਾਅਦ ਉਹਦੇ ਬਾਰੇ ਚੰਗਾ ਬੋਲਣਾ ਸ਼ੁਰੂ ਕੀਤਾ ਸੀਗਾ। ਮੈਂ ਤੁਹਾਨੂੰ ਅੱਜ ਵੀਡੀਓ ਮੈਂ ਲੱਭਦਾ ਰਿਹਾ, ਨਹੀਂ ਮਿਲੀ, ਬੜੀ ਦੂਰ ਜਾ ਚੁੱਕੀ ਹੈ। ਮੈਂ ਤਾਂ ਉਹ ਬੰਦਾ ਆ ਜਿਹਨੇ ਸਿੱਧੂ ਮੂਸੇਵਾਲ ਸਾਹਿਬ ਦੇ ਜਿਉਂਦੇ ਜੀ ਬੜਾ ਕੁਛ ਚੰਗਾ ਬੋਲਿਆ ਸੀ ਉਹਦੇ ਬਾਰੇ, ਜਦੋਂ 295 ਅਸੀਂ 15-16 ਮਿੰਟ ਦੀ ਮੈਂ ਵੀਡੀਓ ਬਣਾਈ ਸੀ, ਉਦੋਂ ਮੇਰੀਆਂ ਉਸ ਵੀਡੀਓ ਤੇ ਲੋਕਾਂ ਨੇ ਮੈਨੂੰ, ਭਾਜੀ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਦੇ ਹੋ ਜਿਹੜੇ ਗੈਂਗਸਟਰ ਨੇ, ਬੰਦੂਕਾਂ ਵਾਲੇ ਗਾਣੇ ਚਲਾਉਂਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ। ਮੇਰੇ ਉਸ ਵੀਡੀਓ ਤੇ ਬੜੇ ਕਮੈਂਟ ਆਏ ਸਨ, ਪਰ ਮੈਂ ਉਦੋਂ ਵੀ ਡਟ ਕੇ ਬੋਲਿਆ ਸੀਗਾ ਕਿ ਯਾਰ ਕੋਈ ਨਹੀਂ, ਜੇ ਮਾਲਕ ਨੇ ਟਾਈਮ ਦਿੱਤਾ ਆ, ਅੱਜ ਇਹਦਾ ਟਾਈਮ ਆ ਸਿੱਧੂ ਮੂਸੇਵਾਲ ਸਾਹਿਬ ਦਾ, ਤੇ ਉਹਨੂੰ ਚੱਲਣ ਦਿਓ। 295 ਗਾਣੇ ਤੋਂ ਪਹਿਲਾਂ ਮੈਂ ਬੱਚਿਆਂ ਨੇ ਲਾਏ ਹੁੰਦੇ ਸਨ, ਮੈਂ ਗੌਰ ਨਾਲ ਕਦੇ ਨਹੀਂ ਸੀ ਗਾਣਾ ਸੁਣਿਆ, ਪਰ 295 ਤੋਂ ਬਾਅਦ ਮੈਂ ਉਸ ਬੰਦੇ ਦਾ ਕੱਟੜ ਫੈਨ ਬਣ ਗਿਆ ਤੇ ਮੈਨੂੰ ਬਹੁਤ ਸੁਣਿਆ, ਬਹੁਤ ਸੁਣਿਆ, ਬਹੁਤ ਸੁਣਿਆ। ਫਿਰ ਵੀ ਸਾਰੇ ਗਾਣੇ ਨਹੀਂ ਮੈਂ ਸੁਣੇ, ਜਿਹੜਾ ਗਾਣਾ ਮੇਰੇ ਦਿਲ ਲੱਗਾ, ਕਿਉਂਕਿ ਮੇਰਾ ਸਵਾਦ ਜਿਹੜਾ ਟੇਸਟ ਆ ਥੋੜ੍ਹਾ ਜਿਹਾ ਮਿਊਜ਼ਿਕ ਦਾ ਡਿਫਰੈਂਟ ਹੈਗਾ। ਦੇਖੋ ਬੱਚਾ ਤੁਹਾਡੇ ਹੋਇਆ, ਇਹ ਹੋ ਸਕਦਾ ਕਿ ਕਾਨੂੰਨ ਹੋਵੇ ਭਾਰਤ ਦਾ ਕਿ 21 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦੀ ਲੇਡੀਜ਼ ਹੀ ਇਸ ਬੱਚੇ ਨੂੰ ਇੱਦਾਂ ਜਨਮ ਦੇ ਸਕਦੀ ਹੈ, ਪਰ ਗੱਲ ਇਹ ਹੈ ਕਿ ਉੱਥੇ ਕਸੂਰਵਾਰ ਉਹ ਵੀ ਉਹ ਡਾਕਟਰ ਵੀ ਨੇ ਤੇ ਉਹ ਹੌਸਪੀਟਲ ਵੀ ਜਿੱਥੇ ਸਾਰੀ ਪੈਦਾਇਸ਼ ਹੋਈ ਹੈ। ਜੇਕਰ ਇਹੋ ਜਿਹਾ ਸੀਗਾ ਤੇ ਉਹਨਾਂ ਨੇ ਫਾਰਮ ਦਿਖਾ ਕੇ ਸਾਈਨ ਕਰਾਉਣ ਲੱਗੇ, ਫਿਰ ਕੋਈ ਕਾਨੂੰਨੀ ਕਾਰਵਾਈ ਐਸੀ ਹੋਣੀ ਚਾਹੀਦੀ ਸੀਗੀ ਕਿ ਇਹੋ ਇਹ ਇਸ ਬਾਰੇ ਕੁਝ ਸੋਚ ਲੈਂਦੇ। ਸਰਕਾਰਾਂ ਨੂੰ ਮੈਂ ਪਹਿਲਾਂ ਵੀ ਲਾਹਨਤਾਂ ਪਾਈਆਂ ਸਨ, ਔਰ ਫਿਰ ਲੋਕੀ ਕਹਿਣ ਲੱਗੇ ਕਿ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂ, ਕੇਂਦਰ ਸਰਕਾਰ ਨੇ ਕੀਤਾ। ਦੇਖੋ ਕੇਂਦਰ ਸਰਕਾਰ ਨੇ ਵੀ ਕੀਤਾ ਹੋਵੇ, ਕੋਈ ਵੀ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਆਉਂਦੀ ਹੈ ਜਾਂ ਲਾ ਆਉਂਦਾ ਜਾਂ ਕੋਈ ਇਨਕੁਆਇਰੀ ਲੈਣੀ ਹੁੰਦੀ ਆ, ਆਉਣੀ ਤਾਂ ਪੰਜਾਬ ਗੌਰਮੈਂਟ ਦੇ ਥਰੂ ਹੀ ਹੁੰਦੀ ਨਾ, ਨੈਚੁਰਲੀ ਕਿ ਸਾਰਾ ਜਿਹੜੀ ਉਹ ਨੋਟਿਸ ਆਇਆ ਪਹਿਲਾਂ ਭਗਵੰਤ ਮਾਨ ਹੋਣਾ ਕੋਲ ਆਇਆ ਹੋਵੇਗਾ ਨਾ, ਤਦੇ ਫਿਰ ਉਸ ਘਰ ਦੇ ਵਿੱਚ ਗਿਆ। ਬਸ ਮੈਂ ਅੱਜ ਇਹੀ ਕਰਨਾ ਚਾਹੁੰਦਾ ਸੀਗਾ ਬਲਕੌਰ ਭਾਜੀ ਕਿ ਤੁਹਾਨੂੰ, ਤੁਸੀਂ ਰੱਬ ਦਾ ਵਾਸਤਾ ਅਜੇ ਵੀ ਕੁਛ ਨਹੀਂ ਵਿਗੜਿਆ, ਆਪਣੇ ਬੱਚੇ ਦੀ ਪਰਵਰਿਸ਼ ਕਰੋ। ਇਹ ਪਾਪੂਲੈਰਿਟੀਆਂ ਲੋਕਾਂ ਦੀਆਂ ਡੀਪੀਆਂ ਦੇਖ ਦੇਖ ਕੇ ਜਾਂ ਲੋਕਾਂ ਦੇ ਨਾਲ ਫੋਟੋਆਂ ਕਰਾ ਕਰਾ ਬੱਚਿਆਂ ਦੀਆਂ ਪਾਈ ਜਾਣੀਆਂ, ਹਰ ਬੰਦਾ ਗੋਦ 'ਚ ਲੈ ਕੇ ਬੈਠਾ ਬੱਚੇ ਨੂੰ,
ਇੱਕ ਕਹਿੰਦੇ ਨਾ ਕਿ ਨਜ਼ਰਾਂ ਤੋਂ ਬਚਾਓ, ਨਜ਼ਰ ਲੱਗਣੀ ਵੀ ਸ਼ਾਇਦ ਮੈਂ ਵੈਸੇ ਇਹਨਾਂ ਗੱਲਾਂ 'ਚ ਬਹੁਤ ਘੱਟ ਯਕੀਨ ਕਰਦਾ, ਪਰ ਜੇ ਲੱਗਦੀ ਹੈ ਨਜ਼ਰ ਤੇ ਉਹਨਾਂ ਨੂੰ ਉਸ ਬੱਚੇ ਨੂੰ ਨਜ਼ਰਾਂ ਤੋਂ ਬਚਾਓ, ਹਰ ਇੱਕ ਦੀ ਗੋਦ ਵਿੱਚ ਨਾ ਬੱਚੇ ਨੂੰ ਦਿਓ, ਤੇ ਤੁਸੀਂ ਸਿਰਫ ਔਰ ਸਿਰਫ ਕੁਛ ਇੱਕ ਸਾਲ ਉਸ ਬੱਚੇ ਦੀ ਸਿਰਫ ਪਰਵਰਿਸ਼ ਕਰੋ, ਉਹ ਕੀ ਬਣਦਾ ਆ ਕੀ ਨਹੀਂ ਬਣਦਾ ਇਹ ਉਹਦਾ ਭਾਗ ਆ। ਤੁਸੀਂ ਨਾ ਅਨਾਉਂਸ ਕਰੋ ਅਜੇ ਕਿ ਸਿੱਧੂ ਮੂਸੇਵਾਲ ਹੀ ਬਣੇਗਾ, ਤੁਸੀਂ ਨਾ ਅਨਾਉਂਸ ਕਰੋ ਕਿ ਉਸ ਜਿਹੜੇ 500 ਗਾਣੇ ਤੁਹਾਡੇ ਕੋਲ ਪਏ ਨੇ ਇਹੀ ਬੱਚਾ ਗਾਏਗਾ, ਤੁਸੀਂ ਨਾ ਅਨਾਉਂਸ ਕਰੋ ਕਿ ਸਿੱਧੂ ਮੂਸੇਵਾਲ ਸਾਹਿਬ ਵਾਂਗ ਥਾਪੀਆਂ ਮਾਰ ਮਾਰ ਕੇ ਬੱਚਾ ਗਾਏਗਾ। ਤੁਸੀਂ ਇਹ ਮਾਲਕ ਦਾ ਸ਼ੁਕਰ ਕਰੋ ਕਿ ਮਾਲਕਾ ਪਤਾ ਨਹੀਂ ਕੀ ਚੱਕਰ ਸੀਗਾ, ਉਹ ਸਾਡਾ ਬੱਚਾ ਸਾਡੇ ਕੋਲੋਂ ਖੋਹ ਲਿਆ, ਜੇ ਦੁਬਾਰਾ ਸਾਨੂੰ ਬੱਚਾ ਦਿੱਤਾ ਆ ਤੇ ਸਿਰਫ ਸਾਡੇ ਸਾਡੀ ਸੇਵਾ ਕਰ ਸਕੀ, ਅਸੀਂ ਉਸ ਬੱਚੇ ਦੀ ਸੇਵਾ ਕਰ ਸਕੀਏ, ਤੇ ਸਾਨੂੰ ਮਾਂ ਬਾਪ ਨੂੰ ਤੇ ਇਹੀ ਹੁੰਦਾ ਨਾ ਕਿ ਸਾਡਾ ਬੱਚਾ ਸਾਡੀਆਂ ਅੱਖਾਂ ਸਾਹਮਣੇ ਤੁਰਦਾ ਫਿਰਦਾ ਖੇਲਦਾ ਮਲਦਾ ਨਜ਼ਰ ਆਵੇ। ਤੁਸੀਂ ਇੰਨੀ ਲਾਲਸਾ ਵਿੱਚ ਨਾ ਪਵੋ। ਸਿੱਧੂ ਮੂਸੇਵਾਲ ਦਾ ਜਿਹੜੀ ਕਿਸਮਤ ਸੀ ਉਹ ਬੰਦੇ ਉਸ ਦੇ ਨਾਲ ਕਿਸਮਤ ਸੀ, ਉਸ ਸਿੱਧੂ ਮੂਸੇਵਾਲ ਦੀ ਕਿਸਮਤ ਇਸ ਬੱਚੇ ਨਾਲ ਨਾ ਬੰਨੋ ਮੇਰੀ। ਮੈਂ ਤੁਹਾਡਾ ਛੋਟਾ ਜਾਂ ਵੱਡਾ ਭਰਾ ਹੋਵਾਂਗਾ, ਹੱਥ ਜੋੜ ਕੇ ਮੈਂ ਬੇਨਤੀ ਕਰਦਾ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਚੋ ਤੇ ਆਪਣੇ ਬੱਚੇ ਦੀ ਹਿਫਾਜ਼ਤ ਕਰੋ। ਜਿਹੜੇ ਲੋਕੀ ਕਲਾਕਾਰ ਵੀ, ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿ ਦਿੰਦਾ, ਕੋਈ ਇੱਥੇ ਕਿਸੇ ਦਾ ਭਰਾ ਨਹੀਂ ਬਣਦਾ, ਕੋਈ ਕਿਸੇ ਦੀ ਭੈਣ ਨਹੀਂ ਬਣਦੀ, ਹਰ ਬੰਦਾ ਆਪਣੀ ਮਤਲਬ ਲਈ ਆਪਣੀ ਗਰਜ ਵਾਸਤੇ ਫਿਰਦਾ, ਹਰ ਬੰਦਾ ਚੜ੍ਹਦੇ ਸੂਰਜ ਨੂੰ ਸਲਾਮਾ ਕਰਦਾ, ਕੋਈ ਤੁਹਾਡੇ ਸਿੱਧੂ ਮੂਸੇਵਾਲ ਸਾਹਿਬ ਦੀ ਕੋਈ ਭੈਣ ਬਣ ਗਈ ਭਰਾ ਬਣ ਗਿਆ, ਕੋਈ ਨਹੀਂ ਬਣਦਾ। ਹੋਰ ਬਹੁਤ ਲੋਕਾਂ ਦੇ ਮਾਂ ਬਾਪ ਦੇ ਕੱਲਾ ਕੱਲਾ ਪੁੱਤ ਚਲੇ ਗਿਆ, ਉੱਥੇ ਜਾ ਕੇ ਨਹੀਂ ਇਹ ਉਹਨਾਂ ਦੇ ਭਰਾ ਬਣ ਗਏ, ਉੱਥੇ ਜਾ ਕੇ ਉਹਨਾਂ ਨੂੰ ਮਾਂ ਪਿਓ ਬਣਾ ਲਿਆ, ਨਹੀਂ, ਕਿਉਂਕਿ ਇਹ ਨਾਮ ਬਹੁਤ ਵੱਡਾ ਆ। ਅੱਜ ਤੁਸੀਂ ਵੀ ਨੋਟ ਕਰਿਆ ਕਰੋ ਇਸ ਚੀਜ਼ ਨੂੰ, ਜਿਹੜੇ ਵੀ ਕਲਾਕਾਰ ਸਿੱਧੂ ਮੂਸੇਵਾਲ ਦਾ ਗੀਤ ਸਟੇਜ ਤੇ ਗਾਉਂਦੇ ਆ, ਜਦੋਂ ਦੇਖਿਆ ਵੀ ਕੋਈ ਲੋਕਾਂ ਵੱਲੋਂ ਰਿਸਪੌਂਸ ਨਹੀਂ ਆ, ਕੋਈ ਤਾੜੀਆਂ ਨਹੀਂ ਮਾਰਦਾ, ਕੋਈ ਬੁਲਬੁਲੇ ਨਹੀਂ ਮਾਰਦਾ ਜਿਹੜੀਆਂ ਅੱਜ ਕੱਲ੍ਹ ਚਾਹੀਦੀਆਂ ਹੁੰਦੀਆਂ ਨੇ ਲੋਕਾਂ ਨੂੰ, ਫਿਰ ਉਹ ਇੱਕੋ ਇੱਕ ਨਾਮ ਰਹਿ ਜਾਂਦਾ ਸਿੱਧੂ ਮੂਸੇਵਾਲ ਸਾਹਿਬ ਦਾ, ਜਾਂ ਨਾਮ ਲੈ ਦੋ ਸਟੇਜ ਤੇ ਜਾਂ ਫਿਰ ਉਹਦੀਆਂ ਦੋ ਲਾਈਨਾਂ ਕਰੋ, ਫਿਰ ਲੋਕੀ ਬੁਲਬੁਲੀਆਂ ਮਾਰਦੇ ਨੇ ਤਾੜੀਆਂ ਮਾਰਦੇ ਨੇ। ਇਹ ਪਿਆਰ ਨਹੀਂ ਹੈ, ਇਹ ਇਸਤੇਮਾਲ ਕੀਤਾ ਜਾ ਰਿਹਾ ਤੁਹਾਡੇ ਨਾਮ ਨੂੰ ਵੀ ਤੇ ਤੁਹਾਡੇ ਬੇਟੇ ਦੇ ਨਾਮ ਨੂੰ ਵੀ। ਠੀਕ ਹੈ, ਤੁਹਾਨੂੰ ਲੋਕੀ ਪਿਆਰ ਕਰਦੇ ਨੇ, ਹਮੇਸ਼ਾ ਕਰਦੇ ਰਹਿਣਗੇ, ਪਰ ਤੁਸੀਂ ਰੱਬ ਦਾ ਵਾਸਤਾ ਆਪਣੇ ਬੱਚੇ ਨੂੰ ਫਿਲਹਾਲ ਸਿਰਫ ਔਰ ਸਿਰਫ ਔਰ ਸਿਰਫ ਆਪਣੇ ਬੱਚੇ ਦੀ ਪਰਵਰਿਸ਼ ਤੇ ਧਿਆਨ ਦਿਓ, ਛੱਡ ਦਿਓ ਲੋਕਾਂ ਨੂੰ, ਥੋੜੀ ਚਿਰ ਸ਼ਾਂਤੀ ਰੱਖੋ ਆਪਣੀ ਹਵੇਲੀ ਦੇ ਵਿੱਚ, ਬੇਸ਼ੱਕ ਉੱਥੇ ਨੋਟਿਸ ਲਾ ਦਿਓ, ਬੇਸ਼ੱਕ ਅਨਾਉਂਸ ਇੱਕ ਵੀਡੀਓ ਕਰਕੇ ਲਾ ਦਿਓ ਕਿ ਤੁਹਾਡੇ ਪਿਆਰ ਦਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੇ ਪਿਆਰ ਦੀ ਜੋ ਤੁਸੀਂ ਸਾਡੇ ਪਰਿਵਾਰ ਨੂੰ ਪਿਆਰ ਦਿੱਤਾ, ਪਰ ਰੱਬ ਦਾ ਵਾਸਤਾ ਥੋੜੀ ਇੱਕ ਦੇਰ ਸਾਨੂੰ ਸ਼ਾਂਤੀ ਦੇ ਦਿਓ, ਤੁਹਾਡਾ ਪਿਆਰ ਉੱਥੇ ਹੀ ਬਰਕਰਾਰ ਆ, ਅਸੀਂ ਵੀ ਤੁਹਾਨੂੰ ਪਿਆਰ ਕਰਦੇ ਰਹਾਂਗੇ, ਤੁਸੀਂ ਵੀ, ਪਰ ਥੋੜੀ ਇੱਕ ਦੇਰ ਸਾਨੂੰ ਬੇਨਤੀ ਹੈ ਤੁਹਾਡੇ ਹੱਥ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਕਿ ਥੋੜਾ ਚਿਰ ਸਾਨੂੰ ਆਪਣੇ ਬੱਚੇ ਦੀ ਪਰਵਰਿਸ਼ ਕਰ ਲਵੋ। ਇਹ ਵੀਡੀਓ ਬਣਾ ਕੇ ਜ਼ਰੂਰ ਪਾਓ, ਤਾਂ ਹੀ ਤੁਸੀਂ ਆਪਣੇ ਬੱਚੇ ਨੂੰ ਪਾਲ ਸਕਦੇ ਹੋ, ਨਹੀਂ ਲੋਕਾਂ ਨੇ ਤੁਹਾਨੂੰ ਬੱਚੇ ਨੂੰ ਪਾਲਣ ਨਹੀਂ ਦੇਣਾ। ਮੇਰੇ ਮੇਰੇ ਵੀਰ, ਮੇਰੇ ਤੁਸੀਂ ਬਹੁਤ ਰਿਸਪੈਕਟਡ ਹੋ, ਤੁਹਾਡੇ ਨਾਲ ਅਸੀਂ ਹਰ ਦੁੱਖ ਵਿੱਚ ਸ਼ਰੀਕ ਹਾਂ, ਪਰ ਇਹ ਗੱਲਾਂ ਅੱਜ ਮੈਨੂੰ ਕਹਿਣੀਆਂ ਪੈ ਰਹੀਆਂ ਨੇ, ਉਹ ਵੀ ਤੁਹਾਡੇ ਵਾਸਤੇ, ਤੁਹਾਡੇ ਬੈਨੀਫਿਟ ਵਾਸਤੇ, ਨਹੀਂ ਮੇਰਾ ਇਸ ਚੀਜ਼ ਨਾਲ ਕੋਈ ਮਤਲਬ ਨਹੀਂਗਾ। ਮੈਨੂੰ ਦੁੱਖ ਹੈਗਾ ਸਿੱਧੂ ਮੂਸੇਵਾਲ ਦੇ ਜਾਣ ਦਾ। ਜਿੱਦਣ ਬੱਚਾ ਪੈਦਾ ਹੋਇਆ ਮੈਂ ਸੋਚਿਆ ਸੀਗਾ, ਮੈਂ ਤੇ ਇਹ ਸੋਚਿਆ ਸੀ, ਕਸਮ ਲੱਗੇ ਮੈਂ ਸੋਚਦਾ ਸੀ ਇਕੱਲਾ ਹੀ ਬੈਠਾ, ਮੈਂ ਕਿਹਾ ਸਿੱਧੂ ਮੂਸੇਵਾਲ ਸਾਹਿਬ ਬਾਰੇ ਬਹੁਤ ਵੀਡੀਓ ਵੀਡੀਓ ਬਣ ਗਈਆਂ, ਸਾਰਾ ਕੁਝ ਹੋ ਗਿਆ, ਤੇ ਉਸ ਪਰਿਵਾਰ ਨੇ ਵੀ ਬੜਾ ਦੁੱਖ ਝੱਲਿਆ, ਤੇ ਹੁਣ ਉਹਨਾਂ ਦੇ ਘਰ ਨਵਾਂ ਬੱਚਾ ਆ ਗਿਆ ਆ, ਹੁਣ ਉਹ ਆਪਣੇ ਬੱਚੇ ਦੀ ਪਰਵਰਿਸ਼ ਕਰਨ ਬਸ, ਤੇ ਹੁਣ ਕਿਸੇ ਹੋਰ ਦੀਆਂ ਗੱਲਾਂ ਕਰਿਆ ਕਰਾਂਗੇ। ਹੋਰ ਬਹੁਤ ਲੋਕਾਂ ਦੇ ਇਕੱਲੇ ਇਕੱਲੇ ਪੁੱਤ ਜਾ ਚੁੱਕੇ ਨੇ, ਮੈਂ ਬੜਾ ਕੁਝ ਸੋਚਿਆ ਸੀ ਕਿ ਯਾਰ ਇਸ ਬੰਦੇ ਦੀ ਗੱਲ ਹੀ ਨਹੀਂ ਹੋਈ, ਇਸ ਪਰਿਵਾਰ ਦੀ ਗੱਲ ਹੀ ਨਹੀਂ ਹੋਈ, ਇਹਨਾਂ ਦਾ ਵੀ ਬੱਚਾ ਚਲੇ ਗਿਆ ਸੀ, ਇਹਨਾਂ ਦੀ ਬੱਚੀ ਚਲੇ ਗਈ ਸੀ,
ਬਹੁਤ ਵੱਡੇ ਵੱਡੇ ਦੁੱਖ ਲੋਕਾਂ ਵਿੱਚ ਪਏ ਨੇ ਜਿਹੜੇ ਸਾਂਝੇ ਕਰਨ ਵਾਲੇ ਨੇ, ਪਰ ਪੂਰੀ ਦੁਨੀਆ ਇੱਕੋ ਪਰਿਵਾਰ ਦੇ ਗੱਲ ਕਰੀ ਜਾਂਦੀ ਹੈ ਕਿਉਂਕਿ ਉਹ ਸਿੱਧੂ ਮੂਸੇਵਾਲਾ ਸੀਗਾ। ਤੁਸੀਂ ਆਪਣੇ ਬੱਚੇ ਦੀ ਪਰਵਰਿਸ਼ ਕਰੋ, ਔਰ ਦੂਸਰੀ ਗੱਲ ਇਹ ਆ ਪੋਲਿਟਿਕਸ ਦੀ ਗੱਲ ਕਰਨੀ ਬੰਦ ਕਰ ਦਿਓ। ਜੇ ਪੋਲਿਟਿਕਸ ਵਿੱਚ ਆਉਣਾ ਹੈ, ਰਾਜਨੀਤੀ ਵਿੱਚ ਆਉਣਾ, ਤਾਂ ਚੰਗੀ ਤਰ੍ਹਾਂ ਆ ਜਾਓ, ਪਰ ਮੇਰੀ ਹੱਥ ਜੋੜ ਕੇ ਬੇਨਤੀ ਆ, ਰਾਜਨੀਤੀ ਤੋਂ ਜਿੰਨਾ ਦੂਰ ਰਹੋਗੇ, ਜਿੰਨਾ ਦੂਰ ਰਹੋਗੇ ਉਨਾ ਤੁਸੀਂ ਚੰਗੇ ਰਹੋਗੇ। ਆਪਣੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਲ ਤੁਸੀਂ ਤਿੰਨੇ ਜੀਓ ਜੀ ਜੀਓ, ਬਾਕੀ ਜਿਹੜੇ ਰਿਸ਼ਤੇਦਾਰੀ ਜਿਹੜੀ ਆਉਂਦੇ ਜਾਂਦੇ ਰਹਿਣ, ਤੁਹਾਡੇ ਪਰਿਵਾਰ ਵਿੱਚ ਬਹੁਤ ਵੱਡੀ ਹਵੇਲੀ ਹੈ, ਤੁਸੀਂ ਉੱਥੇ ਲੋਕਾਂ ਦਾ, ਇਹ ਨਹੀਂ ਕਿ ਲੋਕ ਜਦੋਂ ਉੱਥੇ ਮੇਲਾ ਲੱਗਿਆ ਰਹਿੰਦਾ, ਇਹ ਸਾਰਾ ਕੁਝ ਰੱਬ ਦਾ ਵਾਸਤਾ ਬੰਦ ਕਰ ਦਿਓ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਲਈ ਬੜਾ ਹੀ ਦੁੱਖਦਾਇਕ ਹੋਣਾ ਹੈ, ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ, ਕਿਉਂਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲ ਨੂੰ ਮਾਰਿਆ ਉਹ ਹਮੇਸ਼ਾ ਵਾਚ ਕਰਦੇ ਨੇ, ਔਰ ਉਹਨਾਂ ਲੋਕਾਂ ਨੂੰ ਤਕਲੀਫ ਹੁੰਦੀ ਇਹਨਾਂ ਚੀਜ਼ਾਂ ਦੀ। ਜਦੋਂ ਵੀ ਲੋਕਾਂ ਨੂੰ ਸੜਦੇ ਹੋਏ ਲੋਕਾਂ ਨੂੰ ਤਕਲੀਫ ਹੁੰਦੀ ਤੋਂ ਕਿਸੇ ਵੀ ਹੱਦ ਤੱਕ ਪਹੁੰਚ ਸਕਦੇ ਨੇ। ਇਸ ਕਰਕੇ ਰਾਜਨੀਤੀ ਤੋਂ ਵੀ ਬਚ ਕੇ ਰਹੋ, ਕੋਸ਼ਿਸ਼ ਕਰਿਓ। ਕੀ ਲੋਕਾਂ ਨੇ ਖੱਟਿਆ ਰਾਜਨੀਤੀ ਤੋਂ? ਗਾਲਾਂ ਤੋਂ, ਜੁੱਤੀਆਂ ਤੋਂ ਸਿਵਾ ਕੀ ਆ ਇਸ ਰਾਜਨੀਤੀ ਵਿੱਚ? ਪਹਿਲਾਂ ਮੈਨੂੰ ਤੁਸੀਂ ਇਹ ਦੱਸੋ। ਮੇਰਾ ਸਕਾ ਭਰਾ MP ਵੀ ਹੈ, ਪਰ ਮੈਂ ਰਾਜਨੀਤੀ ਦੇ ਬਹੁਤ ਖਿਲਾਫ ਆ। ਇਸ ਗੱਲ ਦਾ ਮੇਰੇ ਭਰਾ ਨੂੰ ਵੀ ਪਤਾ, ਮੇਰੇ ਭਰਾ ਨੂੰ ਵੀ ਪਤਾ ਕਿ ਇਹ ਬੰਦਾ ਰਾਜਨੀਤੀ ਤੋਂ ਬਹੁਤ ਹੇਟ ਕਰਦਾ, ਸਪੈਸ਼ਲੀ ਸਾਡੇ ਪੰਜਾਬ ਦੀ ਤੇ ਭਾਰਤ ਦੀ ਰਾਜਨੀਤੀ ਤੋਂ ਬਹੁਤ ਹੇਟ ਕਰਦਾ, ਕਿਉਂਕਿ ਸਾਡੇ ਉੱਤੇ ਰਾਜਨੀਤੀ ਇੰਨੀ ਗੰਦੀ ਹੋ ਚੁੱਕੀ ਹੈ ਕਿ ਕੱਲ ਨੂੰ ਮੈਨੂੰ ਫ੍ਰੀ ਵੀ ਕਹਿਣ ਵੀ ਆ ਜਾ ਤੈਨੂੰ MP ਬਣਾਉਣੇ, ਮੈਂ ਥੁੱਕਦਾ ਨਹੀਂ ਇਹੋ ਜਿਹੀਆਂ ਚੀਜ਼ਾਂ 'ਤੇ, ਕਸਮ ਲੱਗੇ। ਮੈਂ ਆਪਣੇ ਭਰਾ ਨੂੰ ਵੀ ਬੜਾ ਸਮਝਾਇਆ ਸੀਗਾ, ਭਾਜੀ ਤੱਕ ਇਹ ਵੀਡੀਓ ਪਹੁੰਚੇਗੀ, ਉਹ ਇਸ ਗੱਲ 'ਤੇ ਗਵਾਹ ਨੇ, ਉਹ ਕਹੇਗਾ ਕਿ ਹਾਂ ਪਰਮਜੀਤ ਨੇ ਮੈਨੂੰ ਸਮਝਾਇਆ ਸੀ, ਸੱਚ ਕਹਿ ਰਿਹਾ ਪਰਮਜੀਤ। ਕਿਉਂਕਿ ਰਾਜਨੀਤੀ ਇੰਨੀ ਗੰਦੀ, ਤੌਬਾ, ਓਹੋ ਤੌਬਾ, ਇੰਨੀ ਗੰਦੀ ਰਾਜਨੀਤੀ ਪੰਜਾਬ ਦੀ, ਤੌਬਾ। ਤਾਂ ਭਰਾ ਮੇਰਾ ਤੇ ਮੇਰੇ ਵਾਸਤੇ ਮੇਰੀ ਭਰਾ ਮੇਰਾ ਐਸਾ ਉਹਦਾ ਅਹੁਦਾ ਸੀਗਾ ਕਿ MP ਸ਼ੈਂਪੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਕੁਛ ਵੀ ਨਹੀਂ ਸੀ ਉਹਦੇ ਸਾਹਮਣੇ, ਉਸ ਬੰਦੇ ਦੀ ਪਰਸਨੈਲਿਟੀ ਸਾਹਮਣੇ, ਉਸ ਬੰਦੇ ਦੇ ਨਾਮ ਸਾਹਮਣੇ, ਕੁਛ ਵੀ ਨਹੀਂ ਸੀ। ਮੇਰੇ ਵਾਸਤੇ ਤਾਂ ਰਾਜਨੀਤੀ ਜਿਹੜੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਉਹਨਾਂ ਤੋਂ ਕਿਤੇ ਜ਼ਿਆਦਾ ਅਹੁਦਾ ਉਸ ਮੇਰੇ ਇੱਥੇ ਦਿਮਾਗ ਦੇ ਵਿੱਚ ਅਤੇ ਇੱਥੇ ਦਿਲ ਦੇ ਵਿੱਚ। ਇਸ ਕਰਕੇ ਮੈਂ ਭਾਅ ਜੀ ਨੂੰ ਵੀ ਪਤਾ, ਹੰਸ ਭਾਅ ਜੀ ਨੂੰ, ਕਿ ਮੈਂ ਨਹੀਂ ਪਸੰਦ ਕਰਦਾ ਭਾਅ ਜੀ ਕੋਲ, ਮੇਰੇ ਮੈਸੇਜ ਵੀ ਪਏ ਨੇ ਜਦੋਂ ਕਿ ਉਹਨਾਂ ਨੇ MP ਜਦੋਂ ਕਿ ਇਲੈਕਸ਼ਨਾਂ ਖੜ੍ਹੇ ਪਹਿਲੀ ਵਾਰੀ ਜਦੋਂ ਰਾਜਨੀਤੀ ਅਪਣਾਈ ਸੀ, ਅਤੇ ਮੈਂ ਬੜਾ ਕਿਹਾ ਵੀ ਮੇਰੀ ਮਾਂ ਤਾਂ ਇੱਥੇ ਹੁੰਦੇ ਸੀ, ਬੀਬੀ ਸਾਡੀ ਨੂੰ ਭੇਜਿਆ, ਉਹ ਵੀ ਨਹੀਂ ਗੱਲ ਬਣੀ, ਚਲੋ ਆ ਗਏ। ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਜੋ ਤੁਹਾਡੀ ਮੌਜ ਆ, ਜਿੱਦਾਂ ਤੁਹਾਨੂੰ ਠੀਕ ਲੱਗੇ, ਅਸੀਂ ਤੁਹਾਡੇ ਨਾਲ ਹੈ। ਇੱਕ ਛੋਟਾ ਭਰਾ ਹੋਣ ਦੇ ਨਾਤੇ, ਉਹਨਾਂ ਦਾ ਭਰਾ ਹੀ ਨਹੀਂ, ਬੇਟਾ ਹੀ ਆ ਛੋਟਾ ਸਮਝ ਲਓ, ਇਸ ਨਾਤੇ ਮੈਂ ਤੁਹਾਡੇ ਨਾਲ ਹਾਂ। ਪਰ ਇਹ ਗੱਲਾਂ ਮੈਂ ਤਦ ਕਹਿ ਰਿਹਾ ਕਿਉਂਕਿ ਰਾਜਨੀਤੀ ਗੰਦਿਆਲੀ ਹੈ, ਅਤੇ ਭਾਈ ਬਲਕੌਰ ਸਿੰਘ ਜੀ, ਰੱਬ ਦਾ ਵਾਸਤਾ ਜਿਹੜੀਆਂ ਗੱਲਾਂ ਕਹੀਆਂ ਨੇ, ਗੁੱਸਾ ਨਾ ਕਰਿਓ ਮੇਰਾ ਭਰਾ, ਬੜਾ ਪਿਆਰ ਆ ਤੁਹਾਡੇ ਲਈ, ਬੜਾ ਸਤਿਕਾਰ ਆ ਤੁਹਾਡੇ ਦੋਵਾਂ ਮੀਆਂ ਬੀਵੀ ਵਾਸਤੇ, ਤਾਂ ਹੁਣ ਤੁਹਾਡੇ ਬੱਚੇ ਵਾਸਤੇ ਵੀ। ਐਂਡ 'ਤੇ ਮੈਂ ਫਿਰ ਇਹੀ ਕਹਾਂਗਾ, ਤੁਸੀਂ ਆਪਣੇ ਬੱਚੇ ਦੀ ਪਰਵਰਿਸ਼ ਕਰੋ, ਦੁਨੀਆਦਾਰੀ ਤੋਂ ਥੋੜ੍ਹੀ ਦੇਰ ਦੂਰ ਹੋ ਜਾਓ। ਜਦੋਂ ਬੱਚੇ ਨੂੰ ਸੁਰਤ ਆ ਗਈ, ਤੁਰਨ ਫਿਰਨ ਲੱਗ ਗਿਆ, ਜੋ ਮਰਜ਼ੀ ਕਰਿਓ, ਇਹ ਦੁਨੀਆ ਤੁਹਾਡੀ ਨਹੀਂ ਗੀ, ਇਹ ਤੁਹਾਡੀ ਕੋਈ ਦੁਨੀਆ ਨਹੀਂ ਗੀ, ਇਹ ਸਿਰਫ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨ ਵਾਲੇ ਨੇ, ਜਿਹੜੇ ਉੱਥੇ ਜਾ ਜਾ ਕੇ ਮੱਥੇ ਟੇਕਦੇ ਨੇ ਅਤੇ ਬੈਠਦੇ ਨੇ। ਕਿਸੇ ਨੂੰ ਤੁਸੀਂ ਖੁਦ ਵੀ ਨੋਟ ਕਰਿਆ ਕਰੋ, ਜਾਂ ਤਾਂ ਬੰਦਾ ਜਾਵੇ ਉੱਥੇ, ਨਾ ਵੀਡੀਓ ਬਣਾਵੇ ਨਾ ਫੋਟੋ ਬਣਾਵੇ, ਉਹ ਤਾਂ ਬੰਦੇ ਐਸੀਆਂ ਐਸੀਆਂ ਵੀਡੀਓ ਅਸੀਂ ਰੀਲਾਂ ਰੂਲਾਂ ਦੇਖਦੇ ਹਾਂ ਕਿ ਤੁਹਾਡੇ ਵੱਲ ਨੂੰ ਮੂੰਹ ਕਰਦਾ ਤਾਂ ਮੂੰਹ ਇੱਦਾਂ ਹੁੰਦਾ, ਅਤੇ ਜਦੋਂ ਦੂਜੇ ਪਾਸੇ ਫਿਰ ਇੱਦਾਂ। ਇਹ ਚੀਜ਼ਾਂ ਨੂੰ ਤੁਸੀਂ ਵੀ ਮਾੜਾ ਜਿਹਾ ਨੋਟ ਕਰਿਆ ਕਰੋ, ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਨੇ। ਜੇ ਮੈਂ ਇਸ ਵੀਡੀਓ ਵਿੱਚ ਕੁਛ ਗੁਸਤਾਖੀ ਕਰ ਗਿਆ ਹੋਵਾਂ, ਕੁਛ ਵੀ ਗਲਤ ਬੋਲਿਆ ਹੋਵੇ,
ਤੁਹਾਡੇ ਪਰਿਵਾਰ ਦੇ ਖਿਲਾਫ ਜਾਂ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਖਿਲਾਫ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਪਰ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਉਹਨਾਂ ਦੇ ਨਜ਼ਦੀਕ ਨੇ ਇਸ ਵੀਡੀਓ ਨੂੰ ਉਹਨਾਂ ਤੱਕ ਜ਼ਰੂਰ ਪਹੁੰਚਾ ਦੇਣ, ਔਰ ਜਿਹੜੇ ਨਜ਼ਦੀਕ ਨੇ ਉਹ ਜ਼ਰੂਰ ਇਸ ਗੱਲ ਨੂੰ ਸੋਚਣ, ਔਰ ਭਾਅ ਜੀ ਬਲਕੌਰ ਸਾਹਿਬ ਨੂੰ। ਵੈਸੇ ਮੈਂ ਕੌਣ ਹੁੰਦਾ ਸਮਝਾਉਣ ਵਾਲਾ, ਮੈਂ ਤਾਂ ਆਪ ਕੂੜ ਜਿਹਾ ਬੰਦਾ, ਪਰ ਫਿਰ ਵੀ ਜੇ ਵਿੱਚੋਂ ਇੱਕ ਅੱਧੀ ਗੱਲ ਵੀ ਚੰਗੀ ਲੱਗੀ ਹੋਵੇ ਤੇ ਰੱਬ ਦਾ ਵਾਸਤਾ ਉਸ ਪਰਿਵਾਰ ਤੱਕ ਪਹੁੰਚਾ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।